ਸਤਿ ਸ਼੍ਰੀ ਅਕਾਲ ਜੀ, ਤੁਸੀਂ ਅਜੀਤ ਵੈੱਬ ਟੀ ਵੀ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ। ਦੋਸਤੋ, ਇਸ ਵਕਤ ਭਾਰਤ ਦੇ ਵਿੱਚ ਜਿਸ ਤਰੀਕੇ ਦੀਆਂ ਰਾਜਨੀਤਿਕ ਸਮੱਸਿਆਵਾਂ ਚੱਲ ਰਹੀਆਂ ਉਹਦੇ ਬਾਬਤ ਆਪਾਂ ਸਾਰੇ ਸਾਰਾ ਕੁਝ ਜਾਣਦੇ ਹਾਂ। ਇਸ ਵਕਤ ਜਦੋਂ ਭਾਰਤ ਦੇ ਵਿੱਚ ਇੱਕ ਬਹੁਤ ਵੱਡੀ ਤਾਜ਼ਾ ਖਬਰ ਇਹ ਪ੍ਰਾਪਤ ਹੋ ਰਹੀ ਹੈ ਕਿ 1 ਅਗਸਤ ਦੀ ਅੱਧੀ ਰਾਤ ਨੂੰ ਰਾਤ ਦਾ ਕਰਫਿਊ ਜਿਹੜਾ ਉਹ ਖਤਮ ਕਰ ਦਿੱਤਾ ਜਾਣਾ ਅਤੇ 5 ਅਗਸਤ ਤੋਂ ਭਾਰਤ ਦੇ ਵਿੱਚ ਜਿੰਮ ਅਤੇ ਯੋਗਾ ਇੰਸਟੀਚਿਊਟ ਖੁੱਲ੍ਹ ਜਾਣੇ ਆ। ਉਸੇ ਦਰਮਿਆਨ ਇੱਕ ਹੋਰ ਬੜੀ ਮਹੱਤਵਪੂਰਨ ਖਬਰ ਕੱਲ੍ਹ ਮੰਤਰੀ ਮੰਡਲ ਯਾਨੀ ਕਿ ਕੈਬਨਿਟ ਦੇ ਵਿੱਚ ਫੈਸਲੇ ਦੇ ਰੂਪ ਦੇ ਵਿੱਚ ਸਾਹਮਣੇ ਆਈ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਜਿਹੜੀ ਮਹੱਤਵਪੂਰਨ ਮੀਟਿੰਗ ਹੋਈ, ਇਹਦੇ ਵਿੱਚ ਜਿਹੜੀ ਕੌਮੀ ਸਿੱਖਿਆ ਨੀਤੀ ਹੈ ਉਹਦੇ ਵਿੱਚ ਸੋਧ ਕੀਤੀ ਗਈ ਹੈ। 1986 ਦੇ ਵਿੱਚ ਇਹ ਸਿੱਖਿਆ ਨੀਤੀ ਬਣੀ ਸੀ ਅਤੇ 34 ਸਾਲ ਬਾਅਦ ਇਹਦੇ ਵਿੱਚ ਵੱਡੇ ਪੱਧਰ ਦੇ ਉੱਤੇ ਬਦਲਾਅ ਕੀਤੇ ਗਏ ਆ। ਹਾਲਾਂਕਿ ਵਿੱਚ ਵਿਚਾਲੇ ਇਹਦੇ 'ਚ 1-2 ਵਾਰ ਕੁਝ ਕੁ ਕਮੇਟੀਆਂ ਬਣਾਈਆਂ ਗਈਆਂ, ਕੁਝ ਕੁ ਮਾਮੂਲੀ ਜਿਹੀਆਂ ਸੋਧਾਂ ਹੋਈਆਂ, ਕੁਝ ਕੁ ਤਬਦੀਲੀਆਂ ਕੀਤੀਆਂ ਗਈਆਂ, ਪਰ ਵੱਡੇ ਪੱਧਰ ਦੇ ਉੱਤੇ 34 ਵਰ੍ਹਿਆਂ ਬਾਅਦ ਇਸ ਤਰੀਕੇ ਦੀ ਤਬਦੀਲੀ ਕੀਤੀ ਗਈ ਹੈ ਕਿ ਆਉਂਦੇ ਸਮੇਂ ਦੇ ਵਿੱਚ ਕਾਫੀ ਕੁਝ ਪ੍ਰਭਾਵਿਤ ਹੋ ਸਕਦਾ। ਹੁਣ ਜਦੋਂ ਕੌਮੀ ਸਿੱਖਿਆ ਨੀਤੀ ਦੇ ਵਿੱਚ ਸੋਧ ਦੀ ਗੱਲ ਕਰ ਹੀ ਦਿੱਤੀ ਗਈ ਹੈ ਤਾਂ ਵੱਖ ਵੱਖ ਵਿਰੋਧੀ ਪਾਰਟੀਆਂ ਦੇ ਵੱਲੋਂ ਇਹਦੇ ਉੱਤੇ ਕਈ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਗਈ ਹੈ। CPM ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਦੀ ਗੱਲ ਕੀਤੀ ਹੈ ਇਹ ਇੱਕ ਪਾਸੜ ਆ, ਇਹਦੇ ਨਾਲ ਫਿਰਕੂਵਾਦ ਨੂੰ ਜਿਹੜੀ ਆ ਉਹ ਅੱਗੇ ਵਧਣ ਦਾ ਮੌਕਾ ਮਿਲੂਗਾ, ਇਹ ਫਿਰਕੂ ਸਿੱਖਿਆ ਪ੍ਰਣਾਲੀ ਦੀ ਗੱਲ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਹ ਤਾਂ ਸਿੱਖਿਆ ਦੇ ਵਿੱਚ ਵਪਾਰ ਨੂੰ ਇੱਕ ਬਹੁਤ ਵੱਡੇ ਪੱਧਰ ਦੇ ਉੱਤੇ ਲਿਜਾਣ ਦੀ ਕੋਝੀ ਸਾਜਿਸ਼ ਹੈ ਜਿਹਦੇ ਖਿਲਾਫ ਅਸੀਂ ਅੰਦੋਲਨ ਵੀ ਕਰਾਂਗੇ ਅਤੇ ਇਹਦੇ ਨਾਲ ਅਸੀਂ ਸਹਿਮਤ ਨਹੀਂ ਹੈ ਜਿਹੜੀ ਕਿ ਮੋਦੀ ਸਰਕਾਰ ਦੇ ਵੱਲੋਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਸਾਰਾ ਕੁਝ ਕੀਤਾ ਗਿਆ, ਜਿਹੜੀ ਨਵੀਂ ਨੀਤੀ ਸੋਧਣ ਦੀ ਗੱਲ ਕੀਤੀ ਗਈ ਹੈ। ਸੋ ਉਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਨਵੀਂ ਨੀਤੀ ਹੈ ਉਹਦੇ ਤਹਿਤ ਪੂਰੇ ਭਾਰਤ ਦੇ ਵਿੱਚ 5ਵੀਂ ਕਲਾਸ ਤੱਕ ਦਾ ਬੱਚਾ ਕਿਸੇ ਵੀ ਸੂਬੇ ਕਿਸੇ ਵੀ ਸ਼ਹਿਰ ਦੇ ਵਿੱਚ ਪੜ੍ਹਦਾ, ਕਿਸੇ ਵੀ ਥਾਂ ਦੇ ਉੱਤੇ ਜਾ ਕੇ ਉਹ ਸਿੱਖਿਆ ਜਿਹੜੀ ਉਹ ਗ੍ਰਹਿਣ ਕਰਦਾ, 5ਵੀਂ ਕਲਾਸ ਤੱਕ ਉਹਨੂੰ ਉਹਦੀ ਮਾਂ ਬੋਲੀ ਦੇ ਵਿੱਚ ਸਿੱਖਿਆ ਜਿਹੜੀ ਉਹ ਮੁਹੱਈਆ ਕਰਵਾਈ ਜਾਊਗੀ, ਯਾਨੀ ਕਿ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ, ਜਿਹੜੇ ਹੋਰ ਸੂਬੇ ਆ ਉਹਨਾਂ ਦੀ ਉੱਥੋਂ ਦੀ ਜਿਹੜੀ ਖੇਤਰੀ ਬੋਲੀ ਆ ਜਾਂ ਜਿਹੜੀ ਉਹਨਾਂ ਦੀ ਮਾਂ ਬੋਲੀ ਆ ਉਹਦੇ ਵਿੱਚ ਉਹ ਜਿਹੜੀ ਸਿੱਖਿਆ ਮੁਹੱਈਆ ਕਰਵਾਈ ਜਾਊਗੀ ਤਾਂ ਜੋ ਬੱਚੇ ਨੂੰ ਆਪਣੀ ਮਾਂ ਬੋਲੀ ਦੇ ਪ੍ਰਤੀ ਗਿਆਨ ਹੋ ਸਕੇ। ਪਰ ਮੇਰਾ ਇਹਦੇ ਵਿੱਚ ਨਿੱਜੀ ਮਤ ਇਹ ਹੈ, ਮੇਰੀ ਨਿੱਜੀ ਰਾਏ ਇਹ ਹੈ ਕਿ ਕਿਸੇ ਵੀ ਬੋਲੀ ਦਾ ਅਸੀਂ ਪਸਾਰ ਜੇਕਰ ਚਾਹੁੰਦੇ ਹਾਂ ਤਾਂ ਉਸ ਬੋਲੀ ਨੂੰ ਉਸ ਮਨੁੱਖ ਦੇ ਕਿੱਤੇ ਦੀ ਬੋਲੀ ਬਣਾ ਲੈਣਾ ਚਾਹੀਦਾ। ਜੇਕਰ ਬੋਲੀ ਸਾਡੇ ਰੁਜ਼ਗਾਰ ਦੀ ਬੋਲੀ ਹੋਊਗੀ ਤਾਂ ਬੰਦਾ ਆਖਰੀ ਸਾਹ ਤੱਕ ਉਸ ਬੋਲੀ ਦੇ ਨਾਲ ਜੁੜਿਆ ਰਹੂਗਾ। ਪਰ ਜੇਕਰ ਅਸੀਂ ਇਹ ਗੱਲ ਕਹੀਏ ਕਿ 5ਵੀਂ ਕਲਾਸ ਤੱਕ ਆ ਜਿਹੜੀ ਅਸੀਂ ਤੁਹਾਨੂੰ ਮਾਂ ਬੋਲੀ ਦੇ ਵਿੱਚ ਗੱਲ ਦੱਸਾਂਗੇ, ਉਸ ਤੋਂ ਬਾਅਦ ਆ ਜਿਹੜੀ ਜੀ ਅਸੀਂ ਤੁਹਾਨੂੰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਹ ਵੀ ਗਿਆਨ ਦੇਣਾ, ਆਹ ਵੀ ਗਿਆਨ ਦੇਣਾ, ਆਹ ਵੀ ਗਿਆਨ ਦੇਣਾ, ਇਹਦੇ ਨਾਲ ਬੱਚੇ ਦਾ ਬੇਸ ਆ ਜਿਹੜਾ 5ਵੀਂ ਕਲਾਸ ਦੇ ਵਿੱਚ ਜਿਹੜਾ ਮਜ਼ਬੂਤ ਹੋਇਆ ਹੋਊਗਾ, ਜਿਹੜਾ ਕਿ ਹਾਲੇ ਹੋਣਾ ਬਾਕੀ ਆ ਇਸ ਨੀਤੀ ਦੇ ਤਹਿਤ, ਉਹਦੇ ਬਾਬਤ ਆਉਂਦੇ ਸਮੇਂ ਦੇ ਵਿੱਚ ਕਈ ਤਰ੍ਹਾਂ ਦੇ ਮੁੜਕੇ ਮੋੜ ਆਉਣਗੇ। ਪਰ ਇਹ ਵੀ ਗੱਲ ਕਿਹੜੀ ਬਣਦੀ ਹੈ ਕਿ ਦੁਨੀਆ ਭਰ ਦੀਆਂ ਜ਼ੁਬਾਨਾਂ ਸਿੱਖਣੀਆਂ ਚਾਹੀਦੀਆਂ, ਸਿੱਖਿਆ ਨੀਤੀ ਦੇ ਵਿੱਚ ਜੋ ਕੁਝ ਸ਼ਾਮਿਲ ਕੀਤਾ ਗਿਆ ਉਹਦੇ ਉੱਤੇ ਕਿੰਤੂ ਨਹੀਂ, ਪਰ ਗੱਲ ਇਹ ਆ ਕਿ ਸਾਨੂੰ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਰੱਖਣ ਦੇ ਲਈ, ਜੁੜੇ ਰਹਿਣ ਦੇ ਲਈ ਜਿਹੜੀ ਰੁਜ਼ਗਾਰ ਦੀ ਬੋਲੀ ਆ ਉਹ ਜ਼ਰੂਰ ਹੋਣੀ ਚਾਹੀਦੀ ਆ ਅਤੇ ਸਾਨੂੰ ਆਪਣੀ ਮਾਂ ਬੋਲੀ ਦੇ ਉੱਤੇ ਮਾਣ ਵੀ ਕਰਨਾ ਚਾਹੀਦਾ। ਇਸ ਨੀਤੀ ਦੇ ਤਹਿਤ ਇੱਕ ਹੋਰ ਮਹੱਤਵਪੂਰਨ ਗੱਲ ਕਹੀ ਗਈ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੇ ਵੱਲ ਬਹੁਤਾ ਖਿਆਲ ਨਹੀਂ ਕੀਤਾ ਜਾਊਗਾ ਅਤੇ ਜਿਹੜੀਆਂ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੁਨੀਆ ਭਰ ਦੇ ਵਿੱਚ ਜਿਹੜੀਆਂ ਯੂਨੀਵਰਸਿਟੀਆਂ ਉਹ ਭਾਰਤ ਦੇ ਵਿੱਚ ਕਿਤੇ ਵੀ ਆਪਣੇ ਕੈਂਪਸ ਬਣਾ ਸਕਣਗੀਆਂ, ਭਾਵੇਂ ਉਹ ਨਿੱਜੀ ਹੈ ਅਤੇ ਭਾਵੇਂ ਉਹ ਕੋਈ ਹੋਰ ਯੂਨੀਵਰਸਿਟੀਆਂ, ਉਹ ਭਾਰਤ ਦੇ ਵਿੱਚ ਆਪਣਾ ਕਾਰੋਬਾਰ ਆ ਜਿਹੜਾ ਉਹ ਕਰ ਸਕਣਗੀਆਂ। ਇਸ ਨਵੀਂ ਨੀਤੀ ਦੇ ਵਿੱਚ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੀ ਉਚੇਰੀ ਸਿੱਖਿਆ ਅਤੇ ਜਿਹੜੀ ਵੋਕੇਸ਼ਨਲ ਸਿੱਖਿਆ ਦੇ ਉੱਤੇ ਖਾਸ ਖਿਆਲ ਕੀਤਾ ਜਾਣਾ ਅਤੇ GDP ਦਾ ਜਿਹੜਾ ਅੱਗੇ ਨਾਲੋਂ ਵੱਧ ਹਿੱਸਾ ਸਿੱਖਿਆ ਨੀਤੀ ਦੇ ਉੱਤੇ ਖਰਚ ਕੀਤਾ ਜਾਣਾ। ਭਾਰਤ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਿਹੜੀ ਇਹ ਸਿੱਖਿਆ ਨੀਤੀ ਅਸੀਂ ਲੈ ਕੇ ਆਏ ਹਾਂ ਇਹਦੇ ਵਰਗੀ ਰੀਸ ਕੋਈ ਨਹੀਂ, ਇਹ ਭਾਰਤ ਨੂੰ ਆਤਮ ਨਿਰਭਰ ਬਣਾਉਣ ਵਾਲੀ ਗੱਲ ਹੈ, ਇਹ ਭਾਰਤ ਦੇ ਲੋਕਾਂ ਨੂੰ ਚੰਗੀ ਸਿੱਖਿਆ ਪ੍ਰਣਾਲੀ ਦੇ ਨਾਲ ਜੋੜਨ ਵਾਲੀ ਗੱਲ ਹੈ। ਸਿੱਖਿਆ ਨੀਤੀ ਦੇ ਵਿੱਚ ਕੀਤੀ ਗਈ ਸੋਧ ਇੱਕ ਚਮਤਕਾਰੀ ਮਾਹੌਲ ਆ ਜਿਹੜਾ ਉਹ ਪੈਦਾ ਕਰੂਗੀ। ਇਸੇ ਤਰੀਕੇ ਨਾਲ ਭਾਜਪਾ ਦੇ ਜਿਹੜੇ ਪ੍ਰਧਾਨ ਨੇ ਕੌਮੀ ਪੱਧਰ ਦੇ JP ਨੱਡਾ, ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਇਸ ਨੀਤੀ ਨੂੰ ਸਭ ਨੂੰ ਸਵੀਕਾਰਨਾ ਚਾਹੀਦਾ, ਖਿੜੇ ਮੱਥੇ ਸਵੀਕਾਰਨਾ ਚਾਹੀਦਾ ਕਿਉਂਕਿ ਬਾਕਮਾਲ ਨੀਤੀ ਹੈ। ਮੇਰੇ ਕੋਲ ਕੁਝ ਕੁ ਪੁਆਇੰਟ ਨੇ, ਕੁਝ ਕੁ ਨੁਕਤੇ ਜਿਹੜੇ ਕੱਢ ਕੇ ਲਿਆਉਂਦੇ ਆ ਕਿ ਇਸ ਨੀਤੀ ਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ। ਇਹਦੇ ਮੁਤਾਬਕ ਸਿੱਖਿਆ ਖੇਤਰ ਦੇ ਵਿੱਚ GDP ਦਾ 6% ਹਿੱਸਾ ਜਿਹੜਾ ਉਹ ਦਰਜ ਕਰਨ ਦੀ, ਖਰਚ ਕਰਨ ਦੀ ਗੱਲ ਕੀਤੀ ਗਈ ਹੈ। ਇਸ ਤੋਂ ਇਲਾਵਾ ਇਹ ਗੱਲ ਕਹੀ ਗਈ ਹੈ ਕਿ ਉਚੇਰੀ ਸਿੱਖਿਆ ਦੇ ਵਿੱਚ ਦਾਖਲਿਆਂ ਦਾ ਅਨੁਪਾਤ ਆ ਜਿਹੜਾ ਉਹ 2035 ਤੱਕ ਦੁੱਗਣਾ ਕਰਨ ਦਾ ਟੀਚਾ ਹੈਗਾ, 26.3% ਤੋਂ ਵਧਾ ਕੇ ਉਹਨਾਂ ਨੇ ਕਿਹਾ ਜੀ ਕਿ ਅਸੀਂ 50% ਕਰਨਾ ਲੋਚਦੇ ਹਾਂ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਕਿ ਲਾ
ਅਤੇ ਮੈਡੀਕਲ ਕਾਲਜ ਜਿਹੜੀ ਸਿੱਖਿਆ ਇਹਨੂੰ ਇਸ ਨੀਤੀ ਦੇ ਵਿੱਚ ਛੱਡ ਕੇ ਅਤੇ ਬਾਕੀ ਸਾਰੀਆਂ ਜਿਹੜੀਆਂ ਸਿੱਖਿਆ ਸੰਸਥਾਵਾਂ ਉਹਨਾਂ ਦਾ ਇੱਕੋ ਰੈਗੂਲੇਟਰ ਹੋਊਗਾ ਅਤੇ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਵਿੱਚ ਦਾਖਲਿਆਂ ਦੇ ਲਈ ਸਾਂਝੀ ਦਾਖਲਾ ਪ੍ਰੀਖਿਆ ਜਿਹੜੀ ਉਹ ਕੌਮੀ ਟੈਸਟਿੰਗ ਏਜੰਸੀ ਦੇ ਵੱਲੋਂ ਲਈ ਜਾਊਗੀ। ਸੋ ਇਸ ਗੱਲ ਦੇ ਉੱਤੇ ਆਉਂਦੇ ਸਮੇਂ ਦੇ ਵਿੱਚ ਕੀ ਪ੍ਰਤੀਕਿਰਿਆ ਵੱਖ ਵੱਖ ਸਿੱਖਿਆ ਮਾਹਰ ਦਿੰਦੇ ਆ, ਯੂਨੀਵਰਸਿਟੀਆਂ ਦੇ ਸੰਚਾਲਕ ਦਿੰਦੇ ਆ, ਜਾਂ ਜਿਹੜੀਆਂ ਵਿਰੋਧੀ ਪਾਰਟੀਆਂ, ਇਹ ਵਕਤ ਦੱਸੂਗਾ ਵੀ ਉਹਨਾਂ ਦਾ ਇਸ ਮਸਲੇ ਦੇ ਉੱਤੇ ਮਤ ਕੀ ਹੈ। ਇਸ ਤੋਂ ਇਲਾਵਾ ਇਹ ਵੀ ਗੱਲ ਕਹੀ ਗਈ ਹੈ ਜਿਹੜੇ ਕਿ ਐੱਚ ਆਰ ਡੀ ਸਕੱਤਰ ਨੇ ਅਨੀਤਾ ਕਰਵਲ, ਉਹਨਾਂ ਨੇ ਕਿਹਾ ਜੀ ਕਿ ਬੋਰਡ ਦੀਆਂ ਪ੍ਰੀਖਿਆਵਾਂ ਦੇ ਉੱਤੇ ਹੁਣ ਇੰਨਾ ਜ਼ੋਰ ਨਹੀਂ ਦਿੱਤਾ ਜਾਣਾ, ਪਰ ਹਾਂ ਜਿਹੜਾ ਸਾਰਾ ਧਿਆਨ ਆ ਉਹ ਕਲਪਨਾ ਅਤੇ ਗਿਆਨ ਦੇ ਉੱਤੇ ਕੇਂਦਰਿਤ ਹੋਊਗਾ। ਅਤੇ ਇਹ ਵੀ ਗੱਲ ਕਹੀ ਹੈ ਕਿ ਸਕੂਲੀ ਪਾਠਕ੍ਰਮ ਘਟਾ ਦਿੱਤਾ ਜਾਣਾ ਅਤੇ ਛੇਵੀਂ ਜਮਾਤ ਤੋਂ ਵੋਕੇਸ਼ਨਲ ਸਿੱਖਿਆ ਨੂੰ ਜੋੜ ਦਿੱਤਾ ਜਾਣਾ। ਹੁਣ ਜਦੋਂ ਗੱਲ ਕਹੀ ਗਈ ਹੈ ਕਿ ਕਲਪਨਾ ਦੇ ਉੱਤੇ ਆਧਾਰਿਤ ਵੋਕੇਸ਼ਨਲ ਸਿੱਖਿਆ ਦੀ ਗੱਲ ਅਸੀਂ ਕਰਨੀ ਆ, ਤਾਂ ਕਲਪਨਾ ਜਿਹੜੀ ਉਹ ਸਾਰਥਕ ਹੋਣੀ ਚਾਹੀਦੀ ਹੈ। ਇੱਕ ਹੁੰਦੀ ਹੈ ਕਿ ਸੁਪਨਿਆਂ ਦੀ ਉਡਾਣ ਹੈ ਜਿਹੜੀ, ਉਹ ਸੁਪਨਿਆਂ ਦੀ ਉਡਾਣ ਨੂੰ ਅਸੀਂ ਕਿਹੜੇ ਪ੍ਰਸੰਗ ਦੇ ਵਿੱਚ ਆਪਣੀ ਸਿੱਖਿਆ ਦੇ ਵਿੱਚ ਪੇਸ਼ ਕਰਦੇ ਹਾਂ, ਇਹ ਸਾਡੇ ਜਿਹੜੇ ਮਾਹਰ ਨੇ ਸਿੱਖਿਆ ਦੇ ਉਹਨਾਂ ਦੇ ਉੱਤੇ ਨਿਰਭਰ ਕਰਦੀ ਗੱਲ ਆ। ਪਰ ਜਿਹੜੀ ਸਾਡੀ ਕਲਪਨਾ ਉਹ ਇਹੋ ਜਿਹੀ ਵੀ ਨਹੀਂ ਹੋਣੀ ਚਾਹੀਦੀ ਕਿ ਰਾਵਣ ਨੇ ਪਹਿਲੀ ਵਾਰ ਜਹਾਜ਼ ਉਡਾਇਆ ਸੀ ਜਿਸ ਤਰੀਕੇ ਦੇ ਨਾਲ ਆਹ ਗੱਲਾਂ ਚੱਲਦੀਆਂ, ਇਹੋ ਜਿਹੀ ਕਲਪਨਾ ਜਿਹੜੀ ਕੋਰੀ ਕਲਪਨਾ ਇਹਦੇ ਤੋਂ ਕਿਨਾਰਾਕਸ਼ੀ ਕਰਕੇ ਅਤੇ ਜੋ ਸਾਡੇ ਤੱਥਾਂ ਦੇ ਸਮੇਤ ਜੋ ਤਰਕ ਦੇ ਆਧਾਰ ਦੇ ਉੱਤੇ ਸਿੱਖਿਆ ਹੋਣੀ ਚਾਹੀਦੀ ਹੈ ਉਹ ਸਾਡੇ ਸਾਹਮਣੇ ਪੇਸ਼ ਕਰਨੀ ਚਾਹੀਦੀ ਹੈ। ਸੋ ਇਸ ਜਿਹੜੀ ਕੌਮੀ ਸਿੱਖਿਆ ਨੀਤੀ ਦੇ ਵਿੱਚ ਤਬਦੀਲੀ ਕੀਤੀ ਗਈ ਹੈ, ਇਹਦੇ ਨਾਲ ਇੱਕ ਹੋਰ ਵੀ ਗੱਲ ਦੱਸਣੀ ਬਣਦੀ ਹੈ ਕਿ ਐੱਚ ਆਰ ਡੀ ਜਿਹੜਾ ਵਿਭਾਗ ਜਿਹਨੂੰ ਅਸੀਂ ਕਹਿੰਦੇ ਹਾਂ ਮਨੁੱਖੀ ਵਸੀਲਿਆਂ ਦਾ ਵਿਭਾਗ ਆ, ਉਹਦਾ ਨਾਂ ਬਦਲ ਕੇ ਅਤੇ ਸਿੱਖਿਆ ਮੰਤਰਾਲਾ ਕਰ ਦਿੱਤਾ ਗਿਆ। ਸੋ ਇਹਦੇ ਵਿੱਚ ਵੀ ਤਬਦੀਲੀ ਕੀਤੀ ਗਈ ਹੈ ਕਿਉਂਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਸ ਵਿਭਾਗ ਦੇ ਨਾਂ ਦੇ ਵਿੱਚ ਤਬਦੀਲੀ ਕੀਤੀ ਜਾਵੇ, ਇਹਦਾ ਨਾਂ ਹੁਣ ਸਿੱਖਿਆ ਮੰਤਰਾਲਾ ਰੱਖ ਦਿੱਤਾ ਗਿਆ, ਯਾਨੀ ਕਿ ਸਿੱਖਿਆ ਵਿਭਾਗ ਰੱਖ ਦਿੱਤਾ ਗਿਆ। ਸੋ ਨਵੀਂ ਕੌਮੀ ਸਿੱਖਿਆ ਨੀਤੀ ਹੈ ਜਿਹੜੀ ਉਹ ਕਿਹੋ ਜਿਹੀਆਂ ਚੁਣੌਤੀਆਂ ਲੈ ਕੇ ਆਉਂਦੀ ਹੈ, ਕੀ ਸੱਚੀ ਮੁੱਚੀ ਇਹ ਵਪਾਰ ਨੂੰ ਉਤਸ਼ਾਹਿਤ ਕਰਨ ਵਾਲੀ ਹੈ, ਕੀ ਇਹ ਗਰੀਬਾਂ ਦੇ ਸਧਾਰਨ ਲੋਕਾਂ ਦੇ ਹੱਥਾਂ ਦੇ ਵਿੱਚੋਂ ਸਿੱਖਿਆ ਪ੍ਰਣਾਲੀ ਨੂੰ ਕੱਢ ਦੇਣ ਦੀ ਕੋਈ ਚਾਲ ਹੈ ਜਾਂ ਨਹੀਂ, ਇਹਦੇ ਬਾਬਤ ਆਉਣ ਵਾਲੇ ਵਕਤ ਨੇ ਸਾਰਾ ਕੁਝ ਬਿਆਨ ਕਰਨਾ। ਪਰ ਇਹਦੇ ਉੱਤੇ ਦਬਵੀਂ ਸੁਰ ਦੇ ਵਿੱਚ ਕੱਲ੍ਹ ਹੀ ਅਤੇ ਭਖਵੇਂ ਤੌਰ ਦੇ ਉੱਤੇ ਅੱਜ ਤੋਂ ਜਿਹੜੀ ਆ ਉਹ ਰਾਜਨੀਤੀ ਵੀ ਸ਼ੁਰੂ ਹੋ ਚੁੱਕੀ ਹੈ, ਕਿਉਂਕਿ ਭਾਰਤ ਦੇ ਵਿੱਚ ਆਪਾਂ ਜਾਣਦੇ ਵੀ ਸਿੱਖਿਆ ਮਹਿੰਗੀ ਕਿੰਨੀ ਹੈ। ਗੱਲ ਇਹ ਨਹੀਂ ਕਿ ਪੰਜਵੀਂ ਜਾਂ ਅੱਠਵੀਂ ਜਾਂ ਸੱਤਵੀਂ ਕਲਾਸ ਤੱਕ ਅਸੀਂ ਤੁਹਾਨੂੰ ਸਿੱਖਿਆ ਮੁਫਤ ਦਿੰਦੇ ਹਾਂ ਜਾਂ ਸਸਤੀ ਦਿੰਦੇ ਹਾਂ, ਗੱਲ ਇਹ ਹੈ ਕਿ ਜਦੋਂ ਅਸੀਂ ਉਮਰ ਦੀਆਂ ਪੌੜੀਆਂ ਚੜ੍ਹਦੇ ਹਾਂ, ਜਦੋਂ ਅਸੀਂ ਵੋਕੇਸ਼ਨਲ ਸਿੱਖਿਆ ਦੀ ਗੱਲ ਕਰਦੇ, ਜਦੋਂ ਅਸੀਂ ਕਿੱਤਾ ਮੁਖੀ ਹੋਣ ਦੀ ਗੱਲ ਕਰਦੇ, ਕਿੱਤਾ ਮੁਖੀ ਸਿੱਖਿਆ ਦੀ ਗੱਲ ਕਰਦੇ ਹਾਂ, ਤਾਂ ਕੀ ਉਹ ਸਧਾਰਨ ਬੰਦੇ ਦੇ ਦਿਹਾੜੀਦਾਰ ਬੰਦੇ ਦੇ ਧੀ ਪੁੱਤ ਦੇ ਵੱਸ ਦੇ ਵਿੱਚ ਹੈ ਜਾਂ ਨਹੀਂ, ਇਹ ਇਸ ਕੌਮੀ ਸਿੱਖਿਆ ਨੀਤੀ ਦਾ ਪ੍ਰਭਾਵ ਆ ਜਿਹੜਾ ਉਹਦੇ ਬਾਬਤ ਟਿੱਪਣੀਆਂ ਜਦੋਂ ਆਉਣਗੀਆਂ ਫਿਰ ਪਤਾ ਲੱਗਣਾ। ਸਾਨੂੰ ਕੋਈ ਇਤਰਾਜ਼ ਨਹੀਂ ਆ, ਕੌਮੀ ਸਿੱਖਿਆ ਨੀਤੀ ਦੇ ਵਿੱਚ ਸੋਧ ਕਰ ਦਿੱਤੀ ਗਈ, 34 ਵਰਿਆਂ ਬਾਅਦ ਪਹਿਲੀ ਵਾਰ ਇਹੋ ਜਿਹਾ ਬਦਲਾਅ ਕੀਤਾ ਗਿਆ, ਮਾੜੀ ਗੱਲ ਨਹੀਂ ਅਸੀਂ ਮੰਨਦੇ, ਪਰ ਗੱਲ ਇਹ ਆ ਕਿ ਲੋਕ ਪੱਖੀ ਕਿੰਨੀ ਕੁ ਆ, ਇਹ ਲੋਕਾਂ ਦੇ ਹੱਕ ਦੇ ਵਿੱਚ ਕਿੰਨੀ ਕੁ ਜਾਂਦੀ ਹੈ, ਕੀ ਲੋਕ ਇਹਨੂੰ ਇਸ ਸਿੱਖਿਆ ਨੀਤੀ ਦੇ ਵਿੱਚ ਸੋਧ ਨੂੰ ਮਾਰੂ ਮੰਨਦੇ ਆ ਜਾਂ ਸੁਚਾਰੂ ਮੰਨਦੇ ਆ, ਕੀ ਲੋਕ ਇਹ ਮੰਨਦੇ ਆ ਕਿ ਇਹ ਸਾਡੇ ਹਿੱਤ ਦੇ ਵਿੱਚ ਗੱਲ ਗਈ ਹੈ ਜਾਂ ਸਾਡੇ ਵਿਰੋਧ ਦੇ ਵਿੱਚ ਗੱਲ ਕਹੀ ਹੈ, ਕਿਉਂਕਿ ਭਾਰਤ ਦੇ ਵਿੱਚ ਥਾਂ ਥਾਂ ਦੇ ਉੱਤੇ ਹੱਟੀਆਂ ਖੁੱਲ੍ਹੀਆਂ ਹੋਈਆਂ ਸਿੱਖਿਆ ਦੇ ਨਾਂ ਦੇ ਉੱਤੇ, ਜਿੰਨਾ ਵੱਡਾ ਕਾਲਜ ਨਿੱਜੀ ਤੌਰ ਦੇ ਉੱਤੇ ਉਨੇ ਵੱਡੇ ਖਰਚੇ, ਨਿੱਜੀ ਸਕੂਲਾਂ ਦੇ ਵੱਖਰੇ ਖਰਚੇ, ਮਾਪਿਆਂ ਦੀ ਜੇਬ ਦੇ ਉੱਤੇ ਡਾਕੇ ਬਹੁਤ ਵੱਡੇ ਪੱਧਰ ਦੇ ਉੱਤੇ ਵੱਜ ਰਹੇ ਆ। ਵਿਦੇਸ਼ਾਂ ਦੇ ਵਿੱਚ ਤਾਂ ਇਹ ਵੀ ਹੁੰਦਾ ਵੀ ਜੇਕਰ ਬੱਚੇ ਨੇ ਉਚੇਰੀ ਸਿੱਖਿਆ ਹਾਸਲ ਕਰਨੀ ਹੈ ਨਾਲ ਦੀ ਨਾਲ ਉਹਨੂੰ ਕਰਜ਼ਾ ਮਿਲ ਜਾਂਦਾ ਅਤੇ ਉਹ ਵੀ ਬਿਨਾਂ ਵਿਆਜ ਤੋਂ, ਜਦੋਂ ਨੌਕਰੀ ਮਿਲ ਜਾਂਦੀ ਆ ਉਹਦੇ ਵਿੱਚੋਂ ਕੁਝ ਹਿੱਸਾ ਉਹ ਕੱਟਿਆ ਜਾਂਦਾ। ਦਿੱਲੀ ਦੀ ਸਰਕਾਰ ਨੇ ਇਹ ਸਾਰਾ ਕੁਝ ਕੀਤਾ ਸੀ, ਪਰ ਉਸ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਇਹ ਸਾਰਾ ਕੁਝ ਆਸਾਨ ਪ੍ਰਣਾਲੀ ਦੇ ਤਹਿਤ ਜੇਕਰ ਹੁੰਦਾ, ਜੇਕਰ ਹਰ ਵਿਦਿਆਰਥੀ ਦੇ ਸੁਪਨੇ ਸਾਕਾਰ ਹੁੰਦੇ ਆ, ਉਹ ਆਪਣੀ ਮਰਜ਼ੀ ਦੇ ਮੁਤਾਬਕ ਵਿੱਦਿਆ ਹਾਸਲ ਕਰ ਸਕਦਾ, ਇਹਦੇ ਵਰਗੀ ਰੀਸ ਕੋਈ ਨਹੀਂ ਹੋਣੀ। ਪਰ ਨਵੀਂ ਸਿੱਖਿਆ ਨੀਤੀ ਆ ਜਿਹੜੀ ਉਹ ਲਿਆਂਦੀ ਗਈ, ਜਿਹੜੀ ਕਿ ਸੋਧ ਕਰ ਦਿੱਤੀ ਗਈ ਹੈ, ਇਹਦੇ ਕੀ ਪ੍ਰਭਾਵ ਨਿਕਲ ਕੇ ਸਾਹਮਣੇ ਆਉਂਦੇ ਆ, ਇਹ ਵਕਤ ਨੇ ਸਾਰਾ ਕੁਝ ਬਿਆਨ ਕਰਨਾ। ਅਤੇ ਜੋ ਜੋ ਵੀ ਪ੍ਰਭਾਵ ਸਾਹਮਣੇ ਆਊਗਾ ਅਤੇ ਜਿਵੇਂ ਜਿਵੇਂ ਵੀ ਰਾਜਨੀਤਿਕ ਲੋਕਾਂ ਦੇ ਵੱਲੋਂ ਨੁਕਤੇ ਚੁੱਕੇ ਜਾਣਗੇ, ਅਸੀਂ ਅਜੀਤ ਵੈਬ ਟੀਵੀ ਦੇ ਮਾਧਿਅਮ ਦੇ ਰਾਹੀਂ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕਰਦੇ ਰਹਾਂਗੇ। ਅੱਜ ਲਈ ਇੰਨਾ ਹੀ, ਹੁਣ ਦਿਓ ਆ ਗਿਆ, ਬਹੁਤ ਬਹੁਤ ਮਿਹਰਬਾਨੀ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼, ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।